ਅੱਗ ਨਾਲ ਝੁਲਸ ਰਹੇ ਸ਼ਖਸ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਦੀਆਂ ਨੇ ਜਿੱਥੇ ਇੱਕ ਪਤਨੀ ਨੇ ਆਪਣੇ ਪੇਕੇ ਪਰਿਵਾਰ ਦੇ 3 ਮੈਂਬਰਾਂ ਨਾਲ ਮਿਲ ਕੇ ਪਤੀ ਨੂੰ ਜਿਉਂਦਾ ਸਾੜ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਸਵਿਤਾ ਰਾਣੀ ਨਾਂ ਦੀ ਔਰਤ ਦਾ 12 ਸਾਲ ਪਹਿਲਾਂ ਲੁਧਿਆਣਾ ਦੇ ਰਹਿਣ ਵਾਲੇ ਰਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਹਨਾਂ ਦੀ ਅਣਬਣ ਰਹਿੰਦੀ ਸੀ। ਰਕੇਸ਼ ਦੀ ਪਤਨੀ ਪੂਜਾ ਰੱਖੜੀ ਵਾਲੇ ਦਿਨ ਲੁਧਿਆਣਾ ਤੋਂ ਆਪਣੇ ਪੇਕੇ ਆਈ ਹੋਈ ਸੀ ਅਤੇ ਵਾਪਸ ਨਹੀਂ ਗਈ। ਜਦ 2 ਦਿਨ ਪਹਿਲਾਂ ਰਕੇਸ਼ ਆਪਣੀ ਪਤਨੀ ਨੂੰ ਲੈਣ ਆਇਆ ਤਾਂ ਉਸਦੇ ਸਹੁਰੇ ਪਰਿਵਾਰ ਨੇ ਉਸ ਨਾਲ ਕਥਿਤ ਤੌਰ ਤੇ ਝਗੜਾ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਰਕੇਸ਼ ਦੀ ਪਤਨੀ ਤੇ ਸਹੁਰਾ ਪਰਿਵਾਰ ਨੇ ਕੋਈ ਬਲਨਸ਼ੀਲ ਪਦਾਰਥ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਫਿਲਹਾਲ ਪੁਲਿਸ ਨੇ ਪਤਨੀ ਸਮੇਤ 4 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਬੇਟਾ ਇਹ ਅੰਮ੍ਰਿਤਸਰ ਆਇਆ ਸੀ ਆਪਣੀ ਬਹੂ ਨੂੰ ਲੈਣ ਵਾਸਤੇ ਤੇ ਇਹਨਾਂ ਦੇ ਰੱਖੜੀ ਦੇ ਕੋਲ ਆਈ ਹੋਈ ਸੀ ਤੇ ਇਹ ਮੁੰਡਾ ਮੇਰਾ ਰਕੇਸ਼ ਸ਼ਰਮਾ ਉਹਨੂੰ ਲੈਣ ਵਾਸਤੇ ਗਿਆ ਬਈ ਚਲੋ ਤੇ ਇਹ ਇਹਨਾਂ ਦੀ ਪਲੈਨਿੰਗ ਬਣੀ ਹੋਈ ਸੀ। ਉਹਨਾਂ ਨੇ ਜੀ ਇਹਨੂੰ ਚੰਗਾ ਰਲ ਕੇ ਕੁੱਟਿਆ, 4 ਬੰਦਿਆਂ ਨੇ ਰਲ ਕੇ ਕੁੱਟਿਆ। ਉਸ ਤੋਂ ਬਾਅਦ ਮੁੰਡਾ ਮੇਰਾ ਬਾਹਰ ਦੌੜ ਗਿਆ, ਬਾਹਰ ਦੌੜਿਆ ਅਤੇ ਇਹਨਾਂ ਇਹ ਵੀ ਮਗਰ ਦੌੜ ਗਏ ਅਤੇ ਇਹਨਾਂ ਨੇ ਕੁੱਟ ਮਾਰ ਕੇ ਇਸ ਦੇ ਉੱਤੇ ਕੋਈ ਤਰਲ ਪਦਾਰਥ ਸਿੱਟ ਕੇ ਉਸ ਨੂੰ ਅੱਗ ਲਾ ਦਿੱਤੀ ਅਤੇ ਉਸ ਦੀ ਮ੍ਰਿਤਿਉ ਹੋ ਗਈ। ਇਹ ਮਾਮਲਾ ਰਾਣੀ ਕੇ ਬਾਗ ਜੀ, ਇਹ ਆਦਮੀ ਹੈਗਾ ਵਾ ਲੁਧਿਆਣੇ ਦਾ ਔਰ ਇੱਥੇ ਇਹਦਾ ਵਿਆਹ ਹੋਇਆ ਸੀ ਰਾਣੀ ਕੇ ਬਾਗ। ਇੱਥੇ ਲੜਕੀ ਕਿਤੇ ਉੱਥੋਂ ਆਪਣੇ ਸਹੁਰਿਆਂ ਤੋਂ ਇੱਥੇ ਆਪਣੇ ਪੇਕੇ ਮਿਲਣ ਆਈ ਸੀ। ਉਸ ਤੋਂ ਬਾਅਦ ਇਹਨਾਂ ਦਾ ਘਰ 'ਚ ਝਗੜਾ ਝੁਗੜਾ ਚੱਲਦਾ ਸੀ ਅਤੇ ਇਹ ਮੁੜ ਕੇ ਲੈਣ ਆਇਆ ਇੱਥੇ। ਮੁੜ ਕੇ ਇਹਦੇ ਕਹਿਣ ਮੁਤਾਬਕ, ਇਹਨਾਂ ਦੇ ਪਿਤਾ ਦੇ ਕਹਿਣ ਦੇ ਮੁਤਾਬਕ ਵੀ ਇਹਨਾਂ ਨੇ ਇਹਨੂੰ ਮਾਰ ਕੁੱਟ ਕਰਕੇ ਅਤੇ ਸਹੁਰੇ ਪਰਿਵਾਰ ਨੇ ਇਹਨੂੰ ਅੱਗ ਲਾਤੀ। ਉਸ ਤੋਂ ਬਾਅਦ ਇਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ, ਉਹਦੀ ਕੱਲ੍ਹ ਜੋ ਡੈਥ ਹੋ ਗਈ ਸੀ। ਉਸ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਇਹਦੇ ਜਿਹੜਾ ਮ੍ਰਿਤਕ ਆ ਇਹਦੇ ਪਿਤਾ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਅਤੇ ਤਫਤੀਸ਼ ਕੀਤੀ ਜਾ ਰਹੀ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ। ਜ਼ਿਕਰਯੋਗ ਹੈ ਕਿ 4 ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸਿਕੰਦਰ ਪਸਰੀਚਾ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 केजी किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच। ਅੱਜ ਤੋਂ ਵੇ ਸਜਣਾ।